ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਉਮੀਦ ਕਰਨਾ ਮੇਰੇ ਸਭ ਦੇਖਣ ਵਾਲੇ ਭੈਣ ਭਾਈ ਠੀਕ ਨੇ। ਅੱਲਾ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਅੱਲਾ ਪਾਕ ਜਾਏ ਮੁਰਾਦਾ ਪੂਰੀਆਂ ਕਰੇ, ਪਦ ਨਜ਼ਰ ਦੀ ਨਜ਼ਰ ਤੋਂ ਮਹਫੂਜ਼ ਰੱਖੇ, ਅੱਲਾ ਪਾਕ ਹਸਤੀ ਦੀ ਹਸਤ ਤੋਂ ਮਹਫੂਜ਼ ਰੱਖੇ। ਤੋ ਭੈਣ ਭਾਈਓ, ਇਹ ਦੁਆਵਾਂ ਤੋਂ ਬਾਅਦ ਬਾਜ਼ਾਰੋਂ ਚੱਕਰ ਲਾ ਕੇ ਆਇਆ ਅਤੇ ਮੈਂ ਘਰ ਆਇਆ ਅਤੇ ਅੱਗੇ ਮੈਂ ਸਬਜ਼ੀ ਦੇਣ ਆਇਆ ਅਤੇ ਸਬਜ਼ੀ ਰੱਖੀ ਹੈ ਅਤੇ ਵੇਖਿਆ ਤਾਂ ਆਸਮਾਂ ਵੀ ਘਰ ਕੋਈ ਨਹੀਂ ਮਿਲਣਾ। ਅਤੇ ਮੈਂ ਕਹਿੰਦਾ ਕਿ ਚਲੋ ਇੱਥੇ ਹੁੰਦੀ ਤਾਂ ਮੈਂ ਉਹਨੂੰ ਨਾਲ ਲੈ ਜਾਂਦਾ। ਮੇਰਾ ਪ੍ਰੋਗਰਾਮ ਸੀ ਨਾ, ਕਿੰਨੇ ਦਿਨਾਂ ਪ੍ਰੋਗਰਾਮ ਬਣ ਲੱਗ ਪਿਆ ਕਿ ਯਾਰ ਘਰ ਨਾ ਕੂਲਰ ਲਿਆ ਕੇ ਜੀ, ਏਅਰ ਕੂਲਰ ਦਾ ਪਾਣੀ ਵਾਲਾ ਹੁੰਦਾ ਨਾ ਆਪਣਾ ਲੈਂਦੇ ਨੇ, ਇਹ 12 ਵੋਲਟ ਦਾ ਲੈ ਕੇ ਆਉਂਦੇ ਹਾਂ। ਦੂਸਰੇ ਵੱਡੇ ਦੂਸਰੇ ਕੂਲਰ ਤਾਂ ਪਹਿਲੇ ਮਹਿੰਗੇ ਭਰੇ ਨੇ, ਉਹਨੇ ਰੇਟ ਬਹੁਤ ਜ਼ਿਆਦਾ ਨੇ, ਅਤੇ ਉਹ ਨਹੀਂ ਲੈ ਨਹੀਂ ਸਕਦਾ। ਬਾਕੀ ਪਤਾ ਕੀਤਾ, ਪੁੱਛ ਕੇ ਆਇਆ ਮੈਂ ਬਾਜ਼ਾਰ 'ਚ, DC ਕੂਲਰ ਨੂੰ ਕਹਿੰਦੇ ਨੇ, ਅਤੇ ਸੋਲਰ ਪਲੇਟ ਹੋਵੇ ਤਾਂ ਉਹਦੇ ਵੀ ਚੱਲ ਜਾਂਦਾ, ਜੇ ਬੈਟਰੀ ਹੋਵੇ ਉਹਦੇ ਵੀ ਚੱਲ ਜਾਂਦਾ। 12 ਵੋਲਟ ਦੀ ਮੋਟਰ ਛੋਟੀ ਲੱਗੀ ਹੁੰਦੀ ਹੈ, ਜਾਂ ਇਨਕੁਏਟਰ ਪਿੱਛੇ ਇਨਕੁਏਟਰ ਲਾ ਕੇ ਤਾਂ ਬਿਜਲੀ ਲੱਗ ਜਾਂਦਾ। ਅਤੇ ਕਿਸ਼ਤਾਂ 'ਚ ਮੈਂ ਲੈ ਕੇ ਆਉਣ ਲੱਗਾ ਕਿਉਂਕਿ ਨਗਦ ਮੈਂ ਨਹੀਂ ਲੈ ਸਕਦਾ, ਤੋ ਕਿਸ਼ਤਾਂ 'ਚ ਲਿਆਉਂਦੇ ਅਤੇ ਮੈਂ ਚਲੋ ਯਾਰ ਲੈਣੇ ਆ। ਔਰ ਕਿਉਂਕਿ ਗਰਮੀ ਇੰਨੀ ਕੁ ਸ਼ਦੀਦ ਆ ਕਿ ਪੱਖਿਆਂ ਦੀ ਹਵਾ ਨਹੀਂ ਬਰਦਾਸ਼ਤ ਹੁੰਦੀ ਪਈ, ਬੱਚੇ ਨੇ ਰਾਤ ਨੂੰ ਵੀ ਖੁਰਕਦੇ ਰਹਿ ਦੁੱਖ ਹੈ, ਤੰਗ ਗਰਮ ਹਵਾ ਨਾਲ ਜ਼ਿਆਦਾ ਪਰੇਸ਼ਾਨੀ ਤਕਲੀਫ ਹੁੰਦੀ ਹੈ। ਪੱਖੇ ਵੀ ਜੇ ਸਟੈਂਡ ਵਾਲਾ ਪੱਖਾ ਆ, ਫਰਸ਼ੀ ਪੱਖਾ, ਉਹਦੀ ਹਵਾ ਵੀ ਗਰਮ ਬਹੁਤ ਜ਼ਿਆਦਾ, ਅਤੇ ਛੱਤ ਵਾਲੇ ਪੱਖੇ ਦੀ ਹਵਾ ਗਰਮ, ਕਿਉਂਕਿ ਗਰਮੀ ਇੰਨੀ ਕੁ 46-47 ਡਿਗਰੀ ਦੀ ਗਰਮੀ ਪੈ ਰਹੀ ਹੈ, ਅਤੇ 46-47 ਡਿਗਰੀ ਗਰਮੀ ਤਾਂ ਛੱਤਾਂ ਵੀ ਭੱਖਦੀਆਂ ਨੇ। ਬਾਹਰ ਮੈਂ ਸੈਂਡ 'ਚੋਂ ਬੈਠਾ, ਹੁਣ ਤੁਸੀਂ ਛਾਂ ਆਈ ਆ ਇੱਥੇ, ਅਤੇ ਛਾਂ 'ਚ ਮੈਂ ਬੈਠਾ, ਫਿਰ ਵੀ ਹਾਲੇ ਵੀ ਨਹੀਂ ਬੈਠਾ ਜਾ ਰਿਹਾ, ਥੱਲੋਂ ਵੀ ਕੰਧਾਂ ਵੀ ਛੱਡਦੀਆਂ ਪਈਆਂ, ਗਰਮੈਸ਼ ਥੱਲੋਂ ਵੀ ਗਰਮੈਸ਼ ਹੈ, ਅਤੇ ਜਿਹੜਾ ਗੁਜ਼ਾਰਾ ਨਹੀਂ ਅੱਜ ਹੁੰਦਾ ਪਿਆ। ਪੱਖਿਆਂ ਦੀ ਹਵਾ ਨਹੀਂ ਲਈ ਜਾਂਦੀ, ਜੇ ਪੱਖਾ ਬਾਹਰ ਹਲਣਾ ਨਹੀਂ ਅਤੇ ਪੱਖਾ ਲਾਵਾਂਗੇ ਤਾਂ ਇੰਨੇ ਗਰਮ ਹਵਾ ਸੁੱਟਣੀਆਂ ਕਿ ਅਸੀਂ ਪੱਖੇ ਤੋਂ ਬਗੈਰ ਹੀ ਸੋ ਬਹਿੰਦੇ ਹਾਂ, ਅਤੇ ਪੱਖਾ ਲਾ ਕੇ ਤਾਂ ਵਾਰ ਨਹੀਂ ਖਾਂਦੇ ਹੈਗੇ, ਅਤੇ ਬੱਚੇ ਵੀ ਰਾਤ ਨੂੰ ਵੀ ਘੁਲਾਂਡੇ ਹੁੰਦੇ ਨੇ, ਲਾਂਡੇ ਹੁੰਦੇ ਨੇ, ਕੋਈ 10-11-12 ਤੋਂ ਬਾਅਦ ਜਾ ਕੇ ਪੱਖੇ ਦੀ ਹਵਾ ਥੋੜ੍ਹੀ ਠੰਡੀ ਹੁੰਦੀ ਹੈ, ਅਤੇ ਉਹਨੇ ਚਲੋ ਫਿਰ ਸੁਬਾਹ ਦਿਨ ਚੜ੍ਹ ਜਾਂਦਾ। ਅਤੇ ਉਹ ਜਾ ਹੁਣ ਮੇਰਾ ਦਿਨ ਇਹ ਹੈ ਕਿ ਜਿਹੜਾ 1-15 ਦਿਨ ਜਾਂ 1-2 ਮਹੀਨੇ ਹੈ ਨੇ, ਚਲੋ ਨਿਕਲਾਂਗੇ। ਔਰ ਲਿਆਉਂਦਾ ਨਹੀਂ ਜਾਂਦਾ, ਮੈਂ ਨਾ ਲਿਆਉਣਾ ਸੀ, ਬਸ ਮਜਬੂਰੀ ਆ ਹੁਣ, ਬੱਚਿਆਂ ਨੇ ਛੋਟੇ, ਅਤੇ ਅਸੀਂ ਵੀ ਆ ਮੰਜੀਆਂ 2-3 ਡੱਠੀਆਂ ਹੁੰਦੀਆਂ, ਅਤੇ ਫਿਰ ਹਵਾ ਹੋ ਜਾਂ ਬੜਾ ਮਸਲਾ ਹੁੰਦਾ, ਯਾਨੀ ਕਿ ਪੱਖੇ ਦੀ ਹਵਾ ਬਹੁਤ ਗਰਮ ਹੈ, ਉਹਦੇ ਲਈ ਨਹੀਂ ਜਾਂਦੀ। ਅਤੇ ਮੈਂ ਤੂੰ ਆ ਗਈ, ਮੈਂ ਤੈਨੂੰ ਉਡੀਕਦਾ ਪਿਆ, ਇਹਨੇ ਘਰ ਪੜ੍ਹਨ ਗਈ ਯਾਰ, ਕੋਈ ਕੰਮ ਪਿਆ ਤਾਂ ਮੈਂ ਗਈ ਸੀ, ਅੰਦਰ ਵੀ ਸੇਕ ਹੀ ਸਕੂਨੀ ਗਈ ਸੀ, ਆਹੋ ਫਿਰ ਮੈਂ ਬਾਹਰ ਨਿਕਲ ਗਈ, ਪੱਖੇ ਦੀ ਹਵਾ ਨਹੀਂ, ਪੱਖੇ ਲਾਏ ਨਹੀਂ ਜਾਂਦੇ, ਪੱਖਿਆਂ ਦੀ ਹਵਾ ਲਈ ਨਹੀਂ ਜਾਣ ਦੇ, ਇੰਨੀ ਕੁ ਗਰਮ ਹਵਾ ਪੈਣ ਡਈ ਆ, ਛੱਤਾਂ ਤੋਂ ਇੰਝ ਸੇਕ ਆਉਣ ਡਿਆ ਜਿਵੇਂ ਪਤਾ ਨਹੀਂ ਕੀ ਆ, ਅੱਗ ਨਿਕਲਦੀ ਪਈ ਹੈ, ਚੰਗਾ ਹੋਇਆ ਪਿਛਲਾ ਟਾਈਮ ਆਇਆ, ਹੁਣ ਪਿਛਲਾ ਟਾਈਮ ਆਇਆ ਬਾਹਰ ਨਿਕਲਣਾ ਹੋਊਗਾ। ਹਾਂਜੀ, ਤੇ ਸੈਂਚ ਮੰਜੀ ਮੰਜੀ ਇੱਥੇ ਡਾਈ ਆ ਇਹ, ਤੇ ਇਹਦਾ ਮੰਜੀ ਡਾ ਕੇ ਬਹਿਣਾ, ਤਾਂ ਸ਼ਾਮ ਨੂੰ ਤੇ ਪੱਖੇ ਇੱਥੇ ਪੱਖਾ ਲਾਉਣਾ, ਪਿੱਛੇ ਤਾਂ ਪੱਖਾ ਵੀ ਗਰਮ ਹਵਾ ਬੜੀ ਦੇਣ ਡਿਆ, ਪੱਖਾ ਵੀ ਨਹੀਂ ਲਾ ਜਾਂਦਾ, ਅੱਗ ਸੁੱਟਣ ਦੇ ਦਿੰਦੇ, ਪੱਖੇ ਵੀ ਆਉਣ ਤੇ ਬੈਠਾ ਨਹੀਂ ਜਾਣ ਦਿੰਦਾ ਪੱਖੇ ਨਾਲ ਵੀ। ਤੇ ਮੇਰਾ ਜ਼ਹਿਨ ਆ ਕਿ ਮੈਂ ਪਹਿਲੇ ਵੀ ਇਹਨੂੰ ਗੱਲ ਕਰਕੇ ਗਿਆ ਹਾਂ, ਮੇਰਾ ਜ਼ਹਿਨ ਆ ਕਿ ਲਿਆਉਂਦਾ ਕੂਲਰ, ਮੈਂ ਵੇਖ ਕੇ ਆਇਆ ਹਾਂ, ਪਹਿਲੇ ਮੈਂ ਪਤਾ ਪੁਤਾ ਕਰਦਾ ਪਿਆ ਰੇਟਾ ਵਾਲਾ, ਅਤੇ ਬਾਕੀ ਕੂਲਰ ਲੈਣ ਲਿਆ ਕੇ ਚਲਾ ਲੈਂਦੇ, ਘਰ ਲਿਆ ਕੇ ਪਾਣੀ ਪੂਣੀ ਪਾਉਂਦੇ ਹਾਂ, ਟੁੱਟ ਗਿਆ ਉਹ ਵੀ ਲਵਾਉਣਾ, ਹੁਣ ਅੱਜ ਚਲਾਉਂਦੇ ਘੱਟ ਚਲਾਉਂਦੇ, ਉਹ ਵੀ ਚੱਲਦਾ, ਉਹ ਸਟੈਂਡ ਵਾਲਾ ਲਾਈਦਾ ਵੀ ਯਾਰ ਬਾਹਰ ਆ ਕੇ ਨਾ ਸ਼ਾਮ ਨੂੰ ਅਸੀਂ ਇੱਥੇ ਦਰਵਾਜ਼ਾ ਰੱਖ ਕੇ ਅੰਦਰ ਨੂੰ ਲਾਹ ਲੈਂਦੇ, ਅੰਦਰ ਦੀ ਗਰਮੈਸ਼ ਨਾਲ ਠੰਡੀ ਹੋ ਰਹੀ, ਫਰਸ਼ੀ ਪੱਖਾ ਤੇ ਫਰਸ਼ੀ ਪੱਖੇ ਵੀ ਨਹੀਂ ਉਹ ਕੰਮ ਕਰਦੇ, ਉਹ ਵੀ ਅੱਧੀ 12 ਸੇਕ ਦੇ ਅੱਗੇ ਪਿੱਛੇ ਸੇਕ ਲੈਂਦੇ ਨੇ, ਸੁੱਟਦੇ ਨੇ। ਸਾਡੇ ਭੈਣ ਭਾਈ ਜਿਹੜੇ ਰਾਤੀ ਵੀ ਮੈਂ ਗੱਲ ਹੋਣ ਲਈ ਇੱਕ ਸਿਸਟਰ ਨਾਲ, ਅਤੇ ਉਹਨਾਂ ਦੇ ਨਾ
ਆਪਣਾ ਹੋ ਗਏ ਨੇ ਬਾਹਰ ਰਹਿੰਦੇ ਨੇ ਅਤੇ ਉਹਨਾਂ ਦੇ ਭਾਈ ਉੱਥੇ ਕਹਿੰਦੇ ਸਾਡੇ ਪੱਖੇ ਹੁੰਦੇ ਕੋਈ ਨਹੀਂ ਆਪਣਾ ਇੰਗਲੈਂਡ ਵਿੱਚ, ਅਤੇ ਸਾਡੇ ਇੰਗਲੈਂਡ 'ਚ ਪੱਖੇ ਨਹੀਂ ਲਾਉਣ ਦੀ ਜ਼ਰੂਰਤ ਹੀ ਕੋਈ ਨਹੀਂ ਹੈਗੀ, ਜਾਂਦੇ ਜ਼ਿਆਦਾ ਸਰਦੀਆਂ ਮੌਸਮ ਰਹਿੰਦਾ, ਅਗਰ ਗਰਮੀ ਆ ਵੀ ਜਾਂਦੀ ਹੈ, ਗਰਮੀ ਵੀ ਹੈ ਜਿਹੜੀ ਉਹਨਾਂ ਵੀ ਹਲਕੀ ਫੁਲਕੀ ਜੀ ਹੈ, ਬਾਰਿਸ਼ ਵੀ ਨਾਲ ਪੈਂਦੀ ਰਹਿੰਦੀ, ਠੰਡੀ ਹੁੰਦੀ ਹੈ, ਸਾਡੇ ਕਮਰੇ 'ਚ ਠੰਡ ਹੈ, ਅਤੇ ਸਾਡੇ ਪੱਖੇ ਲਾਉਣ ਦੀ ਸਾਨੂੰ ਜ਼ਰੂਰਤ ਹੀ ਕੋਈ ਨਹੀਂ, ਅਤੇ ਸਾਡੇ ਤੋਂ ਕਿੰਨੇ ਮੀਟਰ ਕਿੰਨੇ ਕਿਲੋਮੀਟਰ ਦਾ ਭਾਈ ਉਹ ਬੈਠੇ ਨੇ ਉੱਥੇ ਠੰਡ ਵਿੱਚ, ਅਸੀਂ ਨਾ ਉੱਥੇ, ਅਤੇ ਅਸੀਂ ਇਹੀ ਕਹਿੰਦਾ ਕਿ ਸਾਡੇ ਭੈਣ ਭਾਈ ਇੰਗਲੈਂਡ ਵਾਲੇ ਨੰਦਨ ਵਾਲੇ ਜਿਹਨਾਂ ਕੋਲ ਸਰਦੀ ਹੈ, ਤੋ ਥੋੜੀ ਪਹਿਚਾਣ ਸਾਡੇ ਵਾਲੇ ਸੋਚਣ ਸਾਡੇ ਵਾਲੇ ਮੁਖੀ, ਕੋਈ ਥੋੜੀ ਮੁੱਠ ਲੈ ਕੇ ਨਾ ਤੇ ਘਰ ਛੱਡ ਸਰਦੀ ਜਾਂ ਠੰਡੀ ਆ ਸੋਚਣਾ, ਕੋਈ ਥੋੜਾ ਨਾ ਟੈਂਪਰੇਚਰ ਘਟੇ, ਮੁੱਠ ਨਾਲ ਨਹੀਂ ਕੁਛ ਵੀ ਬਣਨਾ, ਕੋਈ ਚੀਜ਼ ਲੈ ਕੇ ਨਾ ਵੱਡੀ ਨਾਲ ਸੁੱਟਣ ਵੱਡੀ ਜਿਹੀ ਕੋਈ ਚੀਜ਼ ਵੱਡੀ, ਉਹਨਾਂ ਕੋਈ ਠੰਡ ਇਧਰੋਂ ਸੋਚਣਾ, ਕੋਈ ਅੰਦਰ ਠੰਡ ਇਧਰ ਹੋਣੀ ਹੈ, ਸਹੀ ਮੌਸਮ ਹੋਣਾ ਹੈ, ਤੂੰ ਦੇਖਣਾ ਵੀ ਠੀਕ ਹੋਣਾ, ਕੋਈ ਨਾਲ ਖਾਣਾ ਮੈਂ ਸਨਾਈ ਕਰ ਮੈਂ ਜੇ ਵੀ ਪਾ ਲਿਆ, ਮੈਂ ਸਨਾਈ ਕਰ ਮੈਂ ਉਹਦਾ ਨਾਲ ਖਾਵਾਂਗੀ ਨਾ ਪਿਆ ਕੂਲਰ ਦਾ, ਚਲੋ ਠੀਕ ਮੈਂ ਲਿਆਉਣਾ ਜੋ ਕੀ ਕਰਨਾ, ਐਰੋ ਵੀ ਭੈਣ ਭਾਈ ਉਹ ਆਈ ਇਹਦੇ ਨਾਲ ਦੱਸਣਾ ਮੈਂ ਸਲਾਹ ਕਰਨਾ ਜੇ ਨਾਲ ਜਾਣਾ ਤਾਂ ਠੀਕ ਨਹੀਂ ਲੱਗਦਾ, ਅਤੇ ਸਬਜ਼ੀ ਸੁਬਜ਼ੀ ਬਣਾਏ ਮੇਰਾ ਮੈਂ ਲੈ ਕੇ ਆਇਆ ਬਸ, ਤਾਂ ਭੈਣ ਭਾਈ ਉਹ ਮੈਂ ਗਿਆ ਦੁਕਾਨ 'ਤੇ ਲੈਣ ਵਾਸਤੇ ਕੂਲਰ, ਅਤੇ ਦੁਕਾਨ ਤੋਂ ਕੂਲਰ ਲਿਆਂਦਾ ਸੀ ਪੈਕ ਪੂਕ ਕਰਾਇਆ, ਕਿਉਂਕਿ ਉੱਥੇ ਵੀ ਮੈਂ ਜਦੋਂ ਗਿਆ ਨਾ ਅਤੇ ਦੁਕਾਨਦਾਰ ਨੇ ਅੱਗੇ ਮੈਨੂੰ ਫੇਰਾ ਦਵਾ ਤਾ, ਆਪਣੇ ਆਫਰ ਦਾ ਫਰੀ ਰਿਹਾ, ਮੈਂ ਵਲੌਗ ਨਹੀਂ ਬਣਾਇਆ, ਮੈਂ ਬਣਾਇਆ ਨਹੀਂ, ਆਉਣ ਨਹੀਂ ਕੀਤਾ ਉਹਨਾਂ ਨੇ ਵਲੌਗ ਫਿਰ, ਕਿਉਂਕਿ ਮੈਂ ਗਿਆ ਤਾਂ ਜਾ ਕੇ ਪਹਿਲਾਂ ਕੂਲਰ ਛੁੱਲਰ ਰੱਖਿਆ ਨਾ, ਰੇਟ ਕੀਤਾ, ਰੇਟ ਸ਼ੇਰ ਪੁੱਛਿਆ, ਗੱਲਬਾਤ ਕੀਤੀ, ਫਿਰ ਬਸ ਅਸੀਂ ਚੱਕਰ ਲਿਆ, ਤਾਂ ਮੈਨੂੰ ਮੈਂ ਨਹੀਂ ਵਲੌਗ ਆਉਣ ਕੀਤਾ ਕੈਮਰਾ, ਔਰ ਜਦੋਂ ਫਿਰ ਉਹਨਾਂ ਮੈਨੂੰ ਕਹਿੰਦਾ ਜੀ ਫੇਰਾ ਇੱਕ, ਉਹਨਾਂ ਨੇ ਮੇਰੇ ਹੁੰਦਾ ਇੱਕ ਕੂਲਰ ਵੀ ਕਹਿੰਦਾ ਮੈਨੂੰ ਫੇਰਾ ਲਾ ਆਇਆ, ਮੈਂ ਠੀਕ ਹੈ, ਮੈਂ ਕਿਸੇ ਦਾ ਕੂਲਰ ਛੱਡ ਚਲਾ ਗਿਆ, ਉੱਥੋਂ ਆਇਆ ਤਾਂ ਅੱਗੇ ਫਿਰ ਆ ਕੇ ਬੈਠਾ ਹਾਲੇ, ਅਤੇ ਅੱਗੇ ਫਿਰ ਅੱਗੇ ਹੋਰ ਕੂਲਰ ਨਾਲ ਵਿਕਦਾ ਪਿਆ ਕੂਲਰ, ਅਤੇ ਉਹ ਵੀ ਬੰਦਾ ਵਾਕਫ ਜਿਹੜਾ ਲੈਣ ਵਾਲਾ, ਅਤੇ ਉਹਨੇ ਵੀ ਕਿਹਾ ਯਾਰ ਮੇਰਾ ਕੂਲਰ ਦੇਣਾ, ਮੇਰੇ ਪਿੰਡ ਛੱਡ ਲਈ, ਉਹਨਾਂ ਦਾ ਕੂਲਰ ਵਾਲੇ ਪਿੰਡ ਛੱਡ ਗਿਆ, ਦੋ ਫੇਰੇ ਮੇਰੇ ਆਪਣਾ ਕੂਲਰ ਲੈਣ ਗਿਆ, ਦੋ ਫੇਰੇ ਮੈਨੂੰ ਉਹ ਲੱਭ ਗਏ, ਉਹ ਫੇਰੇ ਫੁਰੇ ਲਾਏ ਮੈਂ, ਅਤੇ ਫਿਰ ਸ਼ਾਮ ਪੈ ਗਈ, ਕਾਫੀ ਹਨੇਰਾ ਹੋ ਗਿਆ, ਕੰਮ ਕੁੰਮ ਕਰਦੇ ਹੀ, ਫਿਰ ਆਉਂਦੇ ਕੂਲਰ ਮੈਂ ਜੋ ਆਪਣਾ ਜੇ ਗੱਲ ਕਰ ਗਿਆ ਨਾਂ ਨੂੰ ਆਪਣਾ ਲਿਖਾ ਤਾ ਸੀ, ਤੋ ਉਹਦਾ ਨਾ ਕੂਲਰ ਲਿਆਂਦਾ ਮਾਸ਼ਾਅੱਲਾ, ਅਤੇ ਕੂਲਰ ਲਿਆਂਦਾ ਅਤੇ ਲਾਇਆ ਸੀ ਕੂਲਰ ਦੇ ਸਾਹ ਸੀ, ਔਰ ਅੱਜ ਦਿਨ ਕੱਲ੍ਹ ਮੈਂ ਲੈ ਗਿਆ, ਐਂ ਤਾਂ ਰਾਤ ਨੂੰ ਫਿਰ ਲਿਆਂਦਾ ਘਰ, ਲਿਆ ਕੇ ਬੱਚਿਆਂ ਦੇ ਫਿਰ ਆਫਾ ਦਫਰੀ, ਪਾਪਾ ਜੀ ਲਾਓ ਯੇ ਕਰੋ ਵੋ ਕਰੋ, ਫਿਰ ਦੁਆਲੇ ਹੋ ਗਏ ਕਿ ਜਦ ਲਾਉਣਾ ਚਲਾਉਣਾ, ਫਿਰ ਚਲਾਇਆ ਮਾਸ਼ਾਅੱਲਾ ਠੀਕ ਹੈ, ਇਹ ਕੂਲਰ ਲਿਆਂਦਾ ਵਾ, ਇਹ ਭੈਣ ਭਾਈ ਇਹ ਕੂਲਰ ਲਿਆਂਦਾ ਡੀ ਸੀ ਕੂਲਰ ਲਿਆਂਦਾ, ਜਿਹਦੇ 'ਚ 12 ਵੋਲਟ ਦੀ ਮੋਟਰ ਹੁੰਦੀ ਹੈ ਲੱਗੀ ਦੀ, ਕਿਉਂਕਿ ਥੋੜ੍ਹਾ ਪੈਸਿਆਂ ਦੀ ਵੀ ਰਿਆਤ ਸੀ, ਦੂਸਰਾ ਮੈਂ ਆਇਆ ਸੀ ਕਿ ਚਲੋ ਬਿਜਲੀ ਦੇ ਬਿੱਲ ਬੁੱਲ ਤੋਂ ਥੋੜ੍ਹੇ ਜਿਹਾ ਇਹਦੀ ਬੱਚਤ ਹੋ ਜਾਂਦੀ ਹੈ ਡੀ ਸੀ ਮੋਟਰ ਦੀ, ਅਤੇ ਡੀ ਸੀ ਵਾਲੇ 'ਚ ਲੱਗਾ ਦਾ ਕੂਲਰ 'ਚ ਮੋਟਰ, ਡੀ ਸੀ ਵਾਲੇ 'ਚ ਪੰਪ ਲੱਗਾ ਦਾ ਪਾਣੀ ਚੁੱਕਣ ਵਾਲਾ, ਔਰ ਇਹ ਕੱਲ੍ਹ ਨੂੰ ਕੋਈ ਅਲੱਗ ਫੀਕ ਦੇਖਦਾ, ਕਦੇ ਸੋਲਰ ਪਲੇਟ ਹੁੰਦੀ ਹੈ, ਸੋਲਰ ਪਲੇਟ ਨਾਲ ਵੀ ਚੱਲ ਜਾਂਦਾ, ਔਰ ਬਿਜਲੀ ਨਾਲ ਵੀ ਚੱਲ ਜਾਂਦਾ, ਨਾ ਬਿਜਲੀ ਦਾ ਸੋਚਿਆ ਗਾ, ਠੀਕ ਆ ਉਸਮਾ ਫਿਰ ਮਾੜਾ ਮੋਟਾ ਗੁਜ਼ਾਰਾ ਕਰਨ ਠੀਕ ਹੈ, ਅਤੇ ਆਸਮਾ ਕਹਿੰਦੀ ਕਿ ਛੋਟੀ ਛੋਟਾ ਲੱਗਦਾ ਮੈਨੂੰ, ਅਤੇ ਮੈਂ ਆਸਮਾ ਕਹਿੰਦਾ ਛੋਟਾ ਨਹੀਂ, ਫਿਰ ਉਹਦੇ ਪੈਸਿਆਂ ਦੀ ਗੱਲ ਨਾ, ਵੱਡੇ ਵੱਡੇ ਵਿਆਹ ਸੀ, ਪਰ ਨਗਦ ਕੂਲਰ ਆ 20-25 ਹਜ਼ਾਰ ਦਾ, 28-28 ਹਜ਼ਾਰ ਦਾ ਕੂਲਰ ਸੀ, ਜਿਹੜਾ ਬਿਜਲੀ ਵਾਲੇ ਦੇ ਨਾਲ ਮੋਟਰਾਂ ਵੀ ਵੱਡੀਆਂ ਹੁੰਦੀਆਂ ਬਿਜਲੀ ਦੇ ਬਿੱਲ, ਕਿਸੇ ਦੂਸਰਾ ਕਿ ਚਲੋ ਇਹ ਲਿਆਂਦਾ, ਇਹ ਛੋਟਾ ਆ, ਚਲੋ ਫਿਰ ਵੀ ਗੁਜ਼ਾਰਾ ਕਰੇਗਾ, ਸੋਲਰ ਜਾਂ ਤੂੰ ਕਹਿੰਦੇ ਵੀ ਉਹਨਾਂ ਬੜੇ ਬੜੇ ਵੱਡੇ ਕੂਲਰ ਹਨ, ਉਹ ਨਹੀਂ ਬਾਰੇ ਖਾਂਦੇ, ਨਾਲੇ ਮਹਿੰਗੇ ਹਨ, ਬਾਰੇ ਤਾਂ ਨਹੀਂ ਖਾਂਦੇ ਵਾਕਿ ਉਹ ਮਹਿੰਗੇ ਹੀ, ਪਰ ਉਹਨਾਂ ਨਾਲ ਹੀ ਕੰਮ ਚੱਲਣਾ ਸੀ, ਉਹੀ ਸਾਰੇ ਪਾਸੇ ਹਵਾ ਦੇ ਸਕਦੇ, ਚਲੋ ਕਿਸ਼ਤ ਵੀ ਬੜੀ ਹੋਣੀ ਬਹੁਤ ਜ਼ਿਆਦਾ, ਇਹਦੇ ਭੈਣ ਭਾਈ ਉਹ ਬਹੁਤ ਜ਼ਿਆਦਾ ਮਹਿੰਗਾ ਲੈਂਦਾ, ਮੈਂ ਸੋਚਿਆ ਚਲੋ ਹੁਣ ਕਿਸ਼ਤਾਂ ਨਾਲ ਲੈਂਦਾ ਸੀ ਕਰਨਾ, ਉਸ ਨਾਲ 13-14 ਹਜ਼ਾਰ ਦਾ ਨਗਦ, 14 ਹਜ਼ਾਰ ਦਾ, ਅਤੇ ਕਿਸ਼ਤਾਂ 18 ਹਜ਼ਾਰ ਦਾ ਲੈਂਦਾ, 2000 ਰੁਪਏ ਮੈਂ ਐਡਵਾਂਸ ਦੇ ਆਇਆ, ਅਤੇ 2000 ਰੁਪਏ ਮਹੀਨੇ ਦੀ ਕਿਸ਼ਤ ਹੈਗੀ ਹੈ, 8-9 ਮਹੀਨੇ ਦੀਆਂ ਕਿਸ਼ਤਾਂ ਚੱਲਣੀਆਂ, ਅਤੇ ਉਸ ਤੋਂ ਬਾਅਦ ਚਲੋ ਆਪਣਾ ਹੋ ਜਾਏਗਾ, ਅਲੱਗ ਅਲੱਗ ਗੁਜ਼ਾਰਾ ਕਰਨਾ, ਕਿਸ਼ਤਾਂ ਦੀ ਚੀਜ਼ ਮਹਿੰਗੀ ਤਾਂ ਪੈਂਦੀ ਹੈ, ਬਾਰੇ ਨਹੀਂ ਖਾਂਦੀ, ਅਤੇ ਮਜਬੂਰੀ ਹੀ ਲੈਂਦੀ ਹੈ, ਘਰ ਹੁਣ ਵੀ ਅੰਦਰ ਅਸੀਂ ਯਕੀਨ ਕਰੋ ਅੰਦਰ ਇੰਨੇ ਕੁ ਘੁੰਮਾਂ, ਗਰਮੀ ਸੇਕ ਪੈਣ ਡਿਆ, ਜਾਂ ਹੁਣ ਕੂਲਰ ਅੰਦਰ ਚਲਾਇਆ, ਇਹ ਭੈਣ ਭਾਈਆਂ ਨੂੰ ਭੈਣ ਭਾਈਆਂ ਨੂੰ ਬਾਹਰ ਚਲਾ ਕੇ ਦੱਸਣਾ, ਇੱਥੇ ਹੁਣ ਚਲਾਉਂਦੇ ਹਾਂ, ਬੱਚਿਆਂ ਨੂੰ ਮੰਜੀ 'ਤੇ ਪਾਇਆ, ਇੱਥੇ ਪਹਿਲੇ ਅੰਦਰ ਸੁੱਤੇ ਰਹੀ, ਅਤੇ ਕੋਈ ਪਿਛਲਾ ਟਾਈਮ ਹੋਇਆ ਤਾਂ ਬਾਹਰ ਨਿਕਲੇ ਨੇ, ਔਰ ਬਾਹਰ ਨਿਕਲਣੇ ਤੈਨੂੰ ਬਾਹਰ ਮੰਜੀ ਮੰਜੀ ਡਾਈਏ, ਅਤੇ ਹੁਣ ਕਮੈਲ ਨੂੰ ਵੀ ਬਾਹਰ ਕਰਨੇ, ਅਤੇ ਮੈਂ ਕਹਿੰਦਾ ਚਲਾ ਕੇ ਵੇਖੀਏ,
ਉਹ ਭੈਣ ਭਾਈ ਨੂੰ ਚਲਾ ਕੇ ਦੱਸਦੇ ਹਾਂ, ਬਾਕੀ ਪੱਖਾ ਵੀ ਨਾਲ ਮੈਂ ਕੱਢਿਆ ਸੀ, ਨਾਲ ਪੱਖਾ ਪੁੱਖਾ ਵੀ ਚਲਾਉਂਦੇ ਹਾਂ ਅਤੇ ਫਿਲਹਾਲ ਪੱਖੇ ਦੀ ਹਵਾ ਹਾਲੇ ਵੇਰੇ ਇੱਥੇ ਹਾਲੇ ਵੀ ਗਰਮ ਹੈ ਅਤੇ ਕੂਲਰ ਚਲਾ ਕੇ ਵੇਖਦੇ ਹਾਂ ਔਰ ਕੂਲਰ ਲੱਗੇ ਨਿਆਣੇ ਬੱਚੇ ਕੁਦਰਤੀ ਲਾ ਲਓ ਹਵਾ ਚਲਦੀ ਪਈ ਆ ਵੈਸੇ ਉਹ ਸਹੀ ਹੈ, ਆਖੇ ਪੱਖੇ ਦੀ ਹਵਾ ਤਾਂ ਗਰਮ ਹੋ ਜਾਣੀ ਆ ਬਾਹਰ ਅਤੇ ਬੋਤਲ ਕਾਲੀ ਮੰਗਾਈ ਹੈ ਪ੍ਰਾਹੁਣਾ ਆ ਗਿਆ, ਹਾਂ ਪ੍ਰਾਹੁਣਾ ਆ ਗਿਆ, ਹਾਂ ਅੱਛਾ ਚਲੋ ਠੀਕ ਆ ਰੱਖੇ ਉੱਥੇ, ਹਾਂ ਇਹ 200 ਦਾ ਬਣਾਉਣ ਚੱਕਰੀ ਪੈਦੀ ਹੈ ਅਤੇ ਕਹਿੰਦੇ ਕਿ 200 ਦਾ ਬਣਾ ਕੇ ਪੀਣਾ ਆ ਗਰਮੀ ਸਾਰੇ ਦਿਨ ਗਰਮੀ ਬੜੀ ਸਕੀ ਹੈ ਅਤੇ ਜਨਾਬ ਹੁਣ 200 ਦਾ ਬਣਾਉਣਾ ਅਤੇ ਮੈਂ ਕੋਈ ਮੈਂ ਪੀਵਾਂ ਅਤੇ ਕੋਈ ਬੱਚਿਆਂ ਨੂੰ ਪਿਆਵਾਂਗੇ ਅਤੇ ਜਾਮਾ ਨੂੰ ਕਿਹਾ ਕਿ ਚਿੱਟੀ ਲੈ ਗਿਆ 200 ਦਾ, ਉਹਨੇ ਕਾਲੀ ਲੈਣ ਦੀ ਹੈ, ਚਿੱਟੀ ਨਹੀਂ ਮਿਲੀ ਅਤੇ ਸਾਰੇ ਕਾਲੀ ਮਿਲੀ ਹੈ, ਠੀਕ ਭਾਵੇਂ ਭਾਈ ਉਹ ਕੂਲਰ ਦਾ ਰੇਟ ਆਪਣਾ ਹੈਗਾ ਅਤੇ ਭਾਈ ਸਬੂਤਾਂ ਦੇ ਮੈਂ ਵਾਰ ਵਾਰ ਕਿਸਾਨ ਤਾਂ ਨਾਂ ਲੈਣ ਲਿਆ ਭੈਣ ਭਾਈ ਕਈ ਦਿਨ ਉਹ ਬਸ ਅਸੀਂ ਗੱਲਾਂ ਵੀ ਸੁਣਿਆ, ਹਾਲਾਂਕਿ ਕਿਸੇ ਨੇ ਸਾਨੂੰ ਕਿਹਾ ਕਿ ਨਿਆਜ਼ ਪਕਾਇਓ ਅਤੇ ਸਾਡੇ ਕੋਲ ਵੰਡ ਦਿਓ, ਦੋ ਦਫ਼ਾ ਨਿਆਜ਼ ਸਮੀਨਾ ਨੂੰ ਪਕਾ ਕੇ ਵੰਡੀ ਜਾਂ ਮਿਠਾਈ ਵਗੈਰਾ, ਉਹਨਾਂ ਖੁਸ਼ੀ ਉਹਨਾਂ ਨੂੰ ਖੁਸ਼ੀ ਹੋਣ ਲੱਗਿਆ ਭਾਈ ਅਸੀਂ ਇੱਥੇ ਬਾਹਰ ਰਹਿੰਦੇ ਅਤੇ ਬਾਹਰ ਨਹੀਂ ਤੁਸੀਂ ਇੱਥੇ ਨਾ ਸੱਲੇ ਤਕਸੀਮ ਕਰ ਦਿਓ, ਜੋ ਜੋ ਯਕੀਨ ਕਰੋ ਕੀਤਾ ਮੈਂ ਤਕਸੀਮ, ਉਹਨੇ ਜੋ ਜੋ ਕਿਹਾ ਮੈਂ ਤਕਸੀਮ ਕਰ ਛੱਡਿਆ, ਮੈਨੂੰ ਉਹਦੇ 'ਚ ਪਤਾ ਨਹੀਂ ਹਜ਼ਾਰ ਬਚਣਾ ਸੀ 1500 ਬਚਾ ਸੀ, ਚਲੋ ਇੰਨਾ ਕੁ 1000-1500-500 ਜਿਹੜਾ ਉਹ ਬਚਣ ਦਾ ਮੈਂ ਬਚ ਉਹਨਾਂ ਦੱਸ ਰਿਹਾ ਕਿ ਇੰਨਾ ਇਹ ਮੇਰੇ ਕੋਲ ਹੈਗਾ, ਉਹਨਾਂ ਕਿਹਾ ਕੋਈ ਗੱਲ ਨਹੀਂ ਢੁੱਲ ਲਈ ਹੈ, ਅਤੇ ਭੈਣ ਭਾਈ ਉਹ ਮੈਂ ਜਿਹੜਾ ਕਿਸੇ ਨੇ ਕਿਹਾ ਮੈਂ ਕੱਲ੍ਹ ਮੈਂ ਭਾਈ ਇੰਨਾ ਜੋਗਾ ਨਹੀਂ ਹੈਗਾ ਕਿ ਮੈਨੂੰ ਅੱਜ ਵਾਲੀ ਛਾਲਾਂ ਮਾਰਾਂ, ਅਤੇ ਬਸ ਕਈ ਭੈਣ ਭਾਈ ਨਾ ਕਈ ਬੱਚੇ ਐਵੇਂ ਟਾਵੇ ਕੋਈ ਗੱਲਾਂ ਕਰਦੇ ਨੇ ਕਿ ਵੇਖੋ ਜੀ ਜੀ ਦਿੰਦੇ ਨੇ ਇਹ ਵੰਡਦੇ ਨੇ ਰੋਂਦੇ ਰਹਿੰਦੇ ਨੇ ਫਲਾਣਾ ਢੀਂਗ, ਰੋਣਾ ਭਾਈ ਸਾਨੂੰ ਅਸੀਂ ਨਹੀਂ ਹੈਗਾ, ਅੱਲਾ ਸ਼ੁਕਰ ਅਦਾ ਕਰਦੇ ਹਾਂ ਰੋਟੀ ਖਾ ਕੇ ਸੁਣਦੇ ਹਾਂ ਰੱਬ ਦਾ ਸ਼ੁਕਰ ਕਰੋ, ਬਾਕੀ ਕਈਆਂ ਨੂੰ ਆਦਤ ਹੁੰਦੀ ਹੈ ਬਸ ਗੱਲ ਕਰਨ ਦੀ ਕਿ ਜਨਾਬ ਤੁਸੀਂ ਨਿਆਜ਼ਾ ਪਕਾਉਂਦੇ ਹੋ ਤੁਸੀਂ ਨਿਆਜ਼ਾ ਤਕਸੀਮ ਕਰ ਲਓ ਜਾਂ ਤੁਸੀਂ ਚੌਲ ਬਣਦੇ ਤੁਸੀਂ ਉਹ ਪੈਸੇ ਤੁਸੀਂ ਆਪਣਾ ਲਾਉਂਦੇ, ਮੈਂ ਪਰ ਨਹੀਂ ਜਿਨ੍ਹਾਂ ਨੇ ਕਿਹਾ ਕਿ ਸਾਡੇ ਵੱਲ ਤਕਸੀਮ ਕਰ ਦਿਓ, ਬੜੀ ਖੁਸ਼ੀ ਵਾਲੀ ਗੱਲ ਹੈ ਸਾਨੂੰ ਜੀ ਦਿਲੋਂ ਖੁਸ਼ੀ ਹੈ ਕਿ ਅਸੀਂ ਆਪਣੇ ਹੱਥੀਂ ਨੇਕੀ ਕਰਨੇ ਹਾਂ, ਸਾ ਕੋਈ ਕਰਵਾਉਂਦਾ ਸਾਡੇ ਕੋਲ ਅਸੀਂ ਕਰਨੇ ਹਾਂ ਨੇਕੀ ਵਾਲਾ ਕੰਮ ਹੈ, ਪਾਣੀ ਮਿੱਠਾ ਪਾਣੀ ਪਿਆਉਣਾ ਜਾਂ ਕਿ ਖਾਣਾ ਖਿਲਾਉਣਾ ਬੜਾ ਜਿਹੜਾ ਹੈਗਾ ਜਿਹੜਾ ਸੁਭਾਅ ਵਾਲਾ ਕੰਮ ਹੈ ਅਤੇ ਸਾਡੇ ਕੋਲ ਹੁੰਦਾ ਇਹਦੇ ਪਿੱਛੇ ਰੱਬ ਸਾਡੀ ਰੱਬ ਦੀ ਦਾ ਸਾਨੂੰ ਹੋਲ ਦੇਗੀ ਹੋ ਸਰ ਇਹੋ ਕੰਮਾਂ ਦੇ ਪਿੱਛੇ ਰੱਬ ਦੀ ਦਾ ਸਾਨੂੰ ਰੋਟੀ ਰੁਜ਼ਕ ਦੇਣ ਦੀ ਹੈ, ਹਾਂਜੀ ਹਾਂਜੀ ਅਤੇ ਅਸਾਂ ਕਹਿੰਦਾ ਭਾਈ ਐਸੇ ਮੈਂ ਕੂਲਰ ਤਾਂ ਕਹਿੰਦਾ ਕੂਲਰ ਭਾਈ ਜੀ ਮੈਂ ਲਿਆਂਦਾ ਕਿਸ਼ਤਾਂ ਵਾਲਾ ਅਤੇ ਇਹ ਕਹਿਣਾ ਕਿ ਪਤਾ ਨਹੀਂ ਨਿਆਜ਼ਾਂ ਵੀ ਦੇਣ ਲਏ ਅਤੇ ਕੂਲਰ ਵੀ ਲਿਆਉਣ ਲਏ ਫਲਾਂ ਕਹਿੰਦੇ ਢੀਂਗ ਲਏ ਅਤੇ ਬਸ ਇਹ ਵਧੀਆ ਗੱਲਾਂ ਜਿਹੜੀਆਂ ਮੈਂ ਗੱਲਾਂ ਸਮਝਾ ਨਹੀਂ ਸਕਦਾ ਮੈਨੂੰ ਆ ਨਹੀਂ ਸਕਦੀ, ਇਹ ਪਰਚੀ ਨਾਲ ਦੱਸੋ ਤੁਸੀਂ ਇਹ ਪਰਚੀ ਹੈਗੀ ਹੈ, ਇਹ ਪਰਚੀ ਹੈਗੀ ਹੈ ਜਿਹੜੀ ਮੈਂ 2000 ਰੁਪਏ ਐਡਵਾਂਸ ਲਿਆ ਉਹਨਾਂ ਨੂੰ ਅਤੇ ਇਹ 20000 ਰੁਪਏ ਵਾਲੀ 2000 ਰੁਪਏ ਐਡਵਾਂਸ ਲਿਆ ਅਤੇ ਜਨਾਬ ਐਡਵਾਂਸ ਅਤੇ 18000 ਰੁਪਏ ਉਹਨਾਂ ਬਾਕੀ ਰਹਿੰਦਾ, 20000 ਦਾ ਕੂਲਰ ਸੀ ਅਤੇ 18000 ਬਾਕੀ ਰਹਿੰਦਾ, ਜਾਂ ਉਹ ਜ਼ਾਹਰਾ ਕਿਸਾਨ ਵਾਲਿਆਂ ਬੰਦਿਆਂ ਨੇ ਜਿਹੜਾ ਚੀਜ਼ ਵਿੱਚੋਂ ਪੈਸੇ ਵੀ ਕਮਾਉਣੇ ਹੁੰਦੇ 5-7000 ਰੁਪਏ ਦਾ ਉਹਨਾਂ ਵੀ ਕਮਾਉਣਾ ਵਿੱਚੋਂ ਕਿਉਂਕਿ ਉਧਾਰ 'ਚ ਦੇਣੀ ਹੁੰਦੀ ਉਹਨਾਂ ਨੇ, ਅਤੇ ਕੋਈ ਨਹੀਂ ਗਰਮੀਆਂ ਵਾਸਤੇ ਮਜਬੂਰੀ ਲੈਣ ਦਾ ਕੋਈ ਕਿਸ ਫਿਰ ਆਸਾ ਪੂਰੀ ਹੁੰਦੀ ਰਹੇਗੀ, ਰੱਬ ਦਾ ਸ਼ੁਕਰ ਹੈ ਵੀ ਇਨਸ਼ਾਅੱਲਾ ਦੇਣਾਗੇ 2000 ਰੁਪਏ ਦਾ ਮਹੀਨਾ, ਅੱਲਾ ਖੈਰ ਕਰੇਗਾ ਅਤੇ ਲਓ ਭੈਣ ਭਾਈ ਉਹ ਚਲਾਉਂਦੇ ਹਾਂ ਚਲਾ ਕੇ ਵੇਖਦੇ ਜਰਾ ਵੀ, ਅਤੇ ਆ ਬੱਚੇ ਫਿਰ ਇਹ ਮਾਸ਼ਾਅੱਲਾ ਚਲਾਇਆ ਜੀ ਕੂਲਰ ਮਾਸ਼ਾਅੱਲਾ, ਅਤੇ ਦੇ ਸਕਦੇ ਹੋ ਵਾਹ ਠੀਕ ਹੈ ਕੁਮਾਰ ਹੈ ਵਾਹ ਬੂਹ ਰੋਡ ਦੇ ਪੈਣੇ ਇਹਨਾਂ ਦੇ ਹੈ, ਉਹ ਹਰਮ ਦੀ ਨੀਂਦ ਨਹੀਂ ਪੂਰੀ ਹੋਣ ਡੀ ਹੈਗਾ ਹੈ ਫਾਤਮਾ ਜਮਾਂ ਤੇਰੇ ਨਾਲ ਆਉਣ ਡੀ ਜਮਾਂ ਕੀ ਬਣਾਉਣ ਡੀ ਜਾ ਰਿਹਾ ਵੇ, ਤੈਨੂੰ ਚਾਹੀਦਾ ਕੂਲਰ ਬਣਾ ਕੇ ਤੇ ਹੋਰ ਕੂਲਰ ਬਣਾਉਣਾ ਚਾਹੀਦਾ ਸੀ, ਹੈਂ ਸਮਾਨ ਹੁੰਦਾ ਫੇਰ ਵੀ ਸਮਾਨ ਹੁੰਦਾ ਫੇਰ ਵੀ ਤੇ ਠੀਕ ਹੈ ਭਾਗ ਕੇ, ਹਾਂ ਪਹਿਲੇ ਅੰਦਰ ਚਲਾ ਕਮਰੇ ਦੇ ਕਹਿੰਦਾ ਕਮਰੇ 'ਚ ਆਏ ਹੁਣ ਬਾਹਰ ਸਹਿਣ 'ਚ ਕੱਲੇ ਸਹਿਣ 'ਚ ਕੱਲ ਕੇ ਮੈਂ ਚਲੋ ਇੱਥੇ ਬੈਠੇ ਅੰਦਰੋਂ ਨਹੀਂ ਨਿਕਲਦੇ ਪਏ ਬਾਹਰ, ਅਤੇ ਮੈਂ ਚਲੋ ਇੱਥੇ ਤੋਂ ਸਹਿਣ 'ਚ ਲਾ ਦਿੰਦਾ
ਫਿਰ ਡੈ ਚਲਾਉਣਾ ਬਾਅਦ ਪੱਖੇ ਦੀ ਹਵਾ ਠੰਡੀ ਹੋ ਜਾਂਦੀ, ਬਾਅਦ ਮੌਸਮ ਠੰਡਾ ਹੋ ਜਾਂਦਾ ਸੇਨ ਦਾ, ਫਿਰ ਪੱਖਾ ਚਲਾ ਲਾਂਗੇ। ਠੀਕ ਹੈ ਜੀ, ਲੋਕ ਗਿੱਲੀ ਹਵਾ ਹੁਣ ਠੰਡੀ ਅਤੇ ਗਿੱਲੀ ਗਿੱਲੀ ਹੈ ਠੀਕ ਹੀ ਲੱਗਦੀ ਵੀ ਹੈ, ਪੱਖੀ ਹਵਾ ਬੜੀ ਗਰਮ ਆਉਂਦੀ ਹੈ ਨੀ। ਲੋ ਬੈਂ ਬਾਈ ਉਹ ਮੈਂ ਵੀ ਬਹਿਣਾ ਹੁਣ ਆਰਾਮ ਕਰਨੇ ਆ, ਔਰ ਆਸਮਾਂ ਮਿੱਠਾ ਪਾਣੀ ਬਣਾਉਣ ਲਈ ਆ ਕੋਈ ਮਿੱਠਾ ਠੰਡਾ ਪੀਣ ਵਾਸਤੇ, ਔਰ ਦੋ ਸੋਲਾ ਅਤੇ ਉਹ ਪੀਂਦੇ ਹਾਂ ਹੁਣ। ਅਤੇ ਠੀਕ ਹੈ ਬੈਂ ਬਾਈ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।